ਤੇ ਮਹਾਰਾਜ ਸਾਨੂੰ ਦੱਸ ਰਹੇ ਵੀ ਕਿਵੇਂ ਅਰਦਾਸ ਬੇਨਤੀ ਕਰਨੀ। ਹਮ ਨਿਰਗੁਣ ਲਿਖੋ ਉਭਾਰੀ, ਹੇ ਵਾਹਿਗੁਰੂ ਅਸੀਂ ਨਿਰਗੁਣ ਹਾਂ, ਕਿਰਪਾ ਕਰੋ ਸਾਨੂੰ ਉਭਾਰ ਲਓ, ਸਾਨੂੰ ਬਚਾ ਲਓ ਸੱਚੇ ਪਾਤਸ਼ਾਹ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਕਹੋ, ਹਮ ਨਿਰਗੁਣ ਲਿਖੋ ਉਭਾਰੀ, ਹਮ ਨਿਰਗੁਣ ਲਿਹੋ ਉਬਾਰੀ, 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 ਹਮ ਨਿਰਗੁਣ ਲਿਹੋ ਉਬਾਰੀ। ਜਿਹਦੇ ਵਿੱਚ ਗੁਣ ਕੋਈ ਨਾ ਹੋਵੇ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹਿ ਪਾਪੀ ਭਟਦਾ। ਮਹਾਰਾਜ ਗਰੀਬ ਨਿਵਾਜ ਕਿਰਪਾ ਕਰ ਰਹੇ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਨਾ ਇਹ ਅਰਦਾਸ ਕਰਨੀ ਹੈ ਵੀ ਮਹਾਰਾਜ ਅਸੀਂ ਆ ਨਿਰਗੁਣ, ਸਾਡੇ ਵਿੱਚ ਗੁਣ ਕੋਈ ਨਹੀਂ ਹੈ, ਤੇ ਕਿਰਪਾ ਕਰੋ ਸਾਨੂੰ ਬਚਾਓ ਸੱਚੇ ਪਾਤਸ਼ਾਹ, ਸਾਨੂੰ ਬਚਾ ਲਓ। ਸਾਧ ਸੰਗਤ ਜੀ, ਇੱਥੇ ਬੜੇ ਬੜੇ ਗੁਣਵਾਨ ਬੰਦੇ, ਰੱਬ ਦੀਆਂ ਨਜ਼ਰਾਂ ਜਦੋਂ ਰੱਬ ਕਸਵੱਟੀ ਲਾਵੇ ਤਾਂ ਫੇਰ ਵੀ ਹੋ ਸਕਦੇ ਨੇ। ਇਸ ਕਰਕੇ ਨਿਰਗੁਣ ਬਣ ਕੇ ਰਹਿਣਾ, ਆਪਾਂ ਪੰਕਤੀ ਪੜ੍ਹਦੇ ਪੂਰਾ ਨਿਆਉ ਕਰੇ ਕਰਤਾਰ, ਗਿਆਨੀ ਦੀ ਕਥਾ ਕਰ ਰਹੇ ਜੀ ਵਿਦਵਾਨ ਪੁਰਸ਼, ਤੇ ਪ੍ਰਮਾਣ ਉਹਨਾਂ ਨੇ ਦਿੱਤਾ ਵੀ ਪੂਰਾ ਨਿਆਉ ਕਰੇ ਕਰਤਾਰ। ਔਰ ਕਥਾ ਵਿੱਚ ਉਹਨਾਂ ਇਹ ਗੱਲ ਆਖੀ ਵੀ ਸਾਧ ਸੰਗਤ, ਸਤਿਗੁਰੂ ਪਰਮੇਸ਼ਰ ਪੂਰਾ ਪੂਰਾ ਨਿਆਉ ਕਰਦਾ ਹੈ, ਪੂਰਾ ਪੂਰਾ ਨਿਆਉ। ਭਗਤ ਗੁਰ ਕਿਰਪਾਲ ਸਿੰਘ ਜੀ ਬੜੇ ਵੱਡੇ ਮਹਾਂਪੁਰਖ, ਚੰਗੀ ਉਹਨਾਂ ਦੀ ਆਤਮਿਕ ਅਵਸਥਾ, ਉਹ ਕਥਾ ਤੋਂ ਬਾਅਦ ਗਿਆਨੀ ਜੀ ਨੂੰ ਕਹਿਣ ਲੱਗੇ, ਗਿਆਨੀ ਜੀ ਕਥਾ ਤੇ ਤੁਸੀਂ ਗੁਰਬਾਣੀ ਦੇ ਅਨੁਸਾਰ ਕੀਤੀ ਤੇ ਗੱਲ ਵੀ ਤੁਹਾਡੀ ਠੀਕ ਹੈ, ਪਰ ਰੱਬ ਨੇ ਸਾਡੇ ਨਾਲ ਨਿਆਂ ਨਹੀਂ ਕੀਤਾ। ਕਹਿਣ ਲੱਗੇ ਸੱਜ ਕੇ ਆਖੋ ਤੇ ਗਿਆਨੀ ਜੀ ਹੋਣੀ ਥੋੜੇ ਹੈਰਾਨ ਹੋ ਗਏ ਵੀ ਲੋਕ ਇਹਨਾਂ ਨੂੰ ਨਮਸਕਾਰ ਕਰਨ ਦੇ ਤੇ ਗੁਰਬਾਣੀ ਦੇ ਉਲਟ ਗੱਲ ਕਰ ਰਹੇ ਨੇ ਵੀ ਰੱਬ ਨੇ ਸਾਡੇ ਨਾਲ ਨਿਆਂ ਹੀ ਨਹੀਂ ਕੀਤਾ, ਇਹ ਗੁਰਬਾਣੀ ਦੇ ਉਲਟ ਗੱਲ ਕਰ ਰਹੇ ਨੇ, ਰੱਬ ਤੇ ਨਿਆਂ ਕਰ ਰਿਹਾ ਸਾਡੇ ਨਾਲ ਜੀ। ਤੇ ਅੱਗੋਂ ਉਹ ਗੁਰਮੁਖ ਮਹਾਂਪੁਰਸ਼ ਕਹਿਣ ਲੱਗੇ, ਗਿਆਨੀ ਜੀ ਜੇ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤੇ ਰੱਬ ਨੇ ਤੁਹਾਡੇ ਨਾਲ ਵੀ ਨਿਆਂ ਨਹੀਂ ਕੀਤਾ ਸੀ। ਗਿਆਨੀ ਜੀ ਹੋਣੀ ਹੋਰ ਹੈਰਾਨ ਹੋ ਗਏ ਵੀ ਇਹ ਹੁਣ ਮੇਰੇ ਤੇ ਵੀ ਗੱਲ ਲੈ ਆਏ। ਤੇ ਫਿਰ ਭਗਤ ਜੀ ਹੋਣੀ ਦੱਸਿਆ, ਉਹਨਾਂ ਨੇ ਕਹਿਣ ਲੱਗੇ, ਭਾਈ ਜੇ ਸਾਡੇ ਕਰਮਾਂ ਦੇ ਅਨੁਸਾਰ ਰੱਬ ਸਾਡੇ ਨਾਲ ਨਿਆਂ ਕਰਦਾ ਤੇ ਹੋ ਸਕਦਾ ਸਾਨੂੰ ਮਨੁੱਖਾ ਸਰੀਰ ਵੀ ਨਾ ਮਿਲਦਾ ਜੀ, ਹੋ ਸਕਦਾ ਮਨੁੱਖਾ ਸਰੀਰ ਮਿਲਦਾ, ਇਹ ਤਾਂ ਰੱਬ ਨੇ ਸਾਡੇ ਤੇ ਤਰਸ ਕੀਤਾ। ਸਾਨੂੰ ਨਿਰਗੁਣ ਬੰਦਿਆਂ ਨੂੰ ਬਚਾ ਲਿਆ ਜੀ, ਰੱਬ ਨੇ ਸਾਡੇ ਤੇ ਤਰਸ ਕੀਤਾ। ਸਾਧ ਸੰਗਤ ਰੱਬ ਦੇ ਤਰਸ ਕਰਕੇ ਅਸੀਂ ਤੁਰੇ ਫਿਰਦੇ ਹਾਂ ਜੀ। ਬੜੀਆਂ ਥਾਵਾਂ ਤੇ ਮਨ ਨੇ ਕਿਹਾ, ਲੇਖਾ ਕਦਰ ਨਾ ਛੁੱਟੀ ਹੈ, ਖਿਲ ਖਿਲ ਭੂਲਣ ਹਾਰ, ਬਖਸ਼ਣ ਹਾਰ ਬਖਸ਼ਣ ਨਾਨਕ ਪਾਰ, ਉਤਾਰ ਤੇ ਨਿਕਾ ਵੀ ਨਿਆ ਕਰ ਸਾਡੇ ਨਾਲ ਜੀ। ਹਮ ਨਿਰਗੁਣ ਲਿਹੋ ਉਬਾਰੀ, 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 ਹਮ ਨਿਰਗੁਣ ਲਿਹੋ ਉਬਾਰੀ।
हम निर्गुण ले हो बारी। महाराज कृपा कर हम अगुण पर एक गुण नाही अमृत छाट बिखर बिखर। महाराज कृपा कर अहि कौन जी माया मोह पर गुपै सूले सतदारा सिंह एक उत्तम पंथ सुनियो गुरु संगत तेह मिलंत जब त्रास मिटाई एक अरदास पाठ की रत की गुरु रामदास हजूर गरीब नवाज कृपा कर तुसी माता जी दी बाणी दा कीर्तन सुन रहे सी। आओ सारी संगत ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪਦੀ ਸੁਣ ਰਹੇ ਹੋ। ਮਹਾਰਾਜ ਅਨੰਦਪੁਰ ਸਾਹਿਬ ਸੱਜੇ ਨੇ ਬੇਅੰਤ ਸਿੰਘ ਸੰਗਤਾਂ ਮਾਤਾ ਜੀ ਦੀ ਹਾਜ਼ਰੀ ਚ ਹਾਜ਼ਰ ਹੋ ਰਹੀਆਂ ਨੇ ਸੇਵਾ ਕਰ ਕਰਕੇ ਦਰਸ਼ਨ ਕਰ ਕਰਕੇ ਸੰਗਤ ਬਹੁਤ ਵੱਡਾ ਲਾਭ ਪ੍ਰਾਪਤ ਕਰ ਰਹੀਆਂ ਨੇ। ਸੰਗਤ ਜੀ ਸਾਨੂੰ ਪਤਾ ਲੱਗੇ ਜਾਂ ਨਾ ਲੱਗੇ ਆਪਾਂ ਮਾਤਾ ਦੀ ਹਾਜ਼ਰੀ ਚ ਆ ਕੇ ਬਹਿ ਕੇ ਕੋਈ ਨਾ ਕੋਈ ਲਾਭ ਹੀ ਹੋ ਰਿਹਾ ਸਾਨੂੰ ਔਰ ਇਹ ਕੰਮ ਦੇ ਲਾਭ ਵਾਲਾ ਮਨ ਬਾਣੀ ਚ ਲਿਖ ਕੇ ਦੇ ਕੇ ਗਏ ਨੇ ਜੀ ਲਿਖ ਕੇ ਦੇ ਕੇ ਗਏ ਕੋਈ ਨਾ ਕੋਈ ਲਾਭ ਹੋ ਰਿਹਾ ਜਿਹੜਾ ਮਹਾਰਾਜ ਕੋ ਮਾਇਆ ਮੰਗਦਾ ਮਹਾਰਾਜ ਮਾਇਆ ਦੇ ਦਿੰਦੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਤੰਦਰੁਸਤੀ ਮੰਗਦਾ ਮਹਾਰਾਜ ਤੰਦਰੁਸਤੀ ਵੀ ਦੇ ਦਿੰਦੇ ਤੇ ਕੋਈ ਵਿਰਲਾ ਸੂਰਮਾ ਹੁੰਦਾ ਸਾਧ ਸੰਗਤ ਜਿਹੜਾ ਮਹਾਰਾਜ ਕੋਲੋਂ ਭਗਤੀ ਦੀ ਦਾਤ ਮੰਗਦਾ ਮਹਾਰਾਜ ਉਹਨੂੰ ਭਗਤੀ ਵੀ ਦੇ ਦਿੰਦੇ ਸਾਧ ਸੰਗਤ ਜੀ ਭਗਤੀ ਦੀ ਦਾਤ ਵਿਰਲੇ ਮੰਗਦੇ ਉਹ ਧਾਰਨਾ ਗੁਰਮੁਖ ਪਿਆਰੇ ਪੜ੍ਹਦੇ ਹੁੰਦੇ ਨਾ ਜੀ ਵਿਰਲੇ ਵਿਰਲੇ ਤੇਰੇ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਤੇ ਫਿਰਦੇ ਨੇ ਮਾਇਆ ਦੇ ਵਪਾਰੀ ਬੜੇ ਲੱਭ ਜਾਣਗੇ ਜਿਹੜੇ ਨਾਮ ਦੇ ਵਪਾਰੀ ਨੇ ਨਾ ਉਹ ਫਿਰਲੇ ਨੇ ਕਿਨਹੀ ਬੰਦਿਆ ਕਾਂਸੀ ਤਾਂਬਾ ਕਿਨਹੀ ਲੋਕ ਸਪਾਰੀ ਸੰਤੋ ਬਲਜਿਆ ਨਾਮ ਗੋਬਿੰਦ ਕਾ ਉਹਨਾਂ ਵਪਾਰ ਕੇ ਕੀਤਾ ਗੱਜ ਕੇ ਆਖੋ ਇਹਨੂੰ ਮਾਰੇ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ ਮਾਰੇ ਕਹਿੰਦੇ ਵਪਾਰ ਤੇ ਹਰ ਕੋਈ ਕਰਨ ਦਿਆ ਤਕਰੀਬਨ ਜ਼ਿੰਦਗੀ ਵਪਾਰ ਕਰਕੇ ਤੁਰੀ ਫਿਰਦੀ ਹੈ ਚੱਲਦੀ ਹੈ ਮਾਰੇ ਕਹਿੰਦੇ ਜੇ ਵਪਾਰ ਕਰਨਾ ਨਾ ਤੇ ਸੱਚ ਦਾ ਕਰ ਸੱਚ ਕੀ ਹੈ ਸੱਚ ਵਾਹਿਗੁਰੂ ਜੀ ਦਾ ਨਾਮ ਹੈ ਜੀ ਬਾਹਰ ਦੇ ਵਪਾਰ ਕੀਤੇ ਜਗ੍ਹਾ ਵਿੱਚ ਜ਼ਰੂਰੀ ਨਹੀਂ ਬੰਦੇ ਦੀ ਇੱਜ਼ਤ ਬਣਦੀ ਜੀ ਪਰ ਨਾਮ ਦਾ ਵਪਾਰ ਕੀਤੇ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਬਣ ਜਾਂਦੀ ਜੀ ਸੱਚ ਵਪਾਰ ਕਰੋ ਦਰਗਾਹ ਨਿਭ ਹੈ ਖੇਪ ਖੇਪ ਤੁਮਾਰੀ ਏਕਾ ਟੇਕ ਰੱਖੋ ਮਾਨ ਮਾਨ ਉਹਦੀ ਟੇਕ ਰੱਖਣੀ ਹੈ ਇਹ ਵਪਾਰ ਕਰਨ ਬੰਦਾ ਆਇਆ ਮਾਲ ਕਹਿੰਦੇ ਜਿਸ ਵਖਰ ਕਹੋ ਲੈਣ ਤੂੰ ਆਇਆ ਸਿੱਧੀ ਗੱਲ ਸਾਡੇ ਨਾਲ ਕੀਤੀ ਜਿਹੜਾ ਕੰਮ ਤੂੰ ਕਰਨ ਆਇਆ ਕੀ ਹੈ ਵਾਹਿਗੁਰੂ 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 ਜਿਸ ਵਖਰ ਕੋ ਲੈਣ ਤੂੰ ਆਇਆ ਮਹਾਰਾਜ ਕੀ ਹੈ ਮਹਾਰਾਜ ਕਹਿੰਦੇ ਰਾਮ ਨਾਮ ਮਹਾਰਾਜ ਇਹ ਵਪਾਰ ਮਿਲੇਗਾ ਕਿੱਥੋਂ ਮਹਾਰਾਜ ਕਹਿੰਦੇ ਸੰਤਾਂ ਦੇ ਘਰੋਂ ਮਿਲੇਗਾ ਕਹਿੰਦੇ ਰਾਮ ਨਾਮ ਸੰਤਾਂ ਦੇ ਘਰ ਪਾਇਆ ਮਹਾਰਾਜ ਮਿਲੇਗਾ ਕਿਵੇਂ ਮਹਾਰਾਜ ਕਹਿੰਦੇ ਸੰਤਾਂ ਅੱਗੇ ਆਕੜ ਕੇ ਨਾ ਬਹਿ ਜੀ ਤਾਜ ਅਭਿਮਾਨ ਦੇਹੋ ਮਨ ਬੋਲ ਹੰਕਾਰ ਛੱਡ ਦੀ ਸੰਤਾਂ ਨੂੰ ਮਨ ਦੇ ਦੀ ਕਹਿਣ ਲੱਗੇ ਰੱਬ ਦੇ ਪਿਆਰਿਆਂ ਨੂੰ ਮੰਨ ਜਿਵੇਂ ਉਹ ਚਲਾਉਣਗੇ ਉਵੇਂ ਚੱਲਣਾ ਪਏਗਾ ਕਹਿਣ ਲੱਗੇ ਜਿੱਥੇ ਕਹਿਣਗੇ ਉੱਥੇ ਰਹਿਣਾ ਪਏਗਾ ਤਜ ਅਭਿਮਾਨ ਲੇਹੋ ਮਨ ਬੋਲ ਮਨ ਦੇ ਦੇ ਫਿਰ ਰੱਬ ਦਾ ਨਾਮ ਮੁੱਲ ਮਿਲਦਾ ਰਾਮ ਨਾਮ ਸਿਰ ਦੇ ਮਹਿਤੋ
ਮਾਲਕ ਇਹਦੇ ਦਿਲ ਇਕੱਠਾ ਹੋ ਜਾਏਗਾ ਤੇਰੇ ਅੰਦਰ ਆ ਜਾਏਗਾ। ਤਾਜ ਅਭਿਮਾਨ ਰਹੋ ਮਨ ਮੋਲ ਰਾਮ ਨਾਮ ਵਿਸਰਦੇ ਮਹਿ ਤੋਲ ਲਾਲ ਖੇਪ ਸੰਤਨ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ। ਨਾਲ ਨਾਮ ਦਾ ਅਭਿਆਸ ਕਰਨਾ ਪਏਗਾ, ਇਹ ਖੇਪ ਤੇ ਇਕੱਠੀ ਹੋ ਜਾਏਗੀ, ਪਦਾਰਥ ਇਕੱਠਾ ਹੋ ਜਾਏਗਾ, ਬਾਕੀ ਜੰਜਾਲ ਛੱਡਣੇ ਪੈਣਗੇ ਜੀ। ਆਸੇ ਪਾਸੇ ਦਾ ਧਿਆਨ ਛੱਡਣਾ ਪਏਗਾ ਜੀ, ਸਭ ਜੰਜਾਲ ਛੱਡਣੇ ਪੈਣੇ। ਅਵਰ ਤਿਆਗ ਵਿਖਿਆ ਜੰਜਾਲ, ਵਿਖਿਆ ਦਾ ਭਾਵ ਲੈਣਾ ਜਿਹਨਾਂ ਕੰਮਾਂ ਵਿੱਚ ਪੈਸੇ ਵਾਹਿਗੁਰੂ ਦਾ ਚੇਤਾ ਭੁੱਲ ਜਾਏਗਾ, ਸਾਰੇ ਛੱਡ ਦੇ। ਅਵਰ ਤਿਆਗ ਵਿਖਿਆ ਜੰਜਾਲ, ਇਹ ਕੰਮ ਕਰੇਗਾ ਧੰਨ ਧੰਨ ਕਹਿ ਸਭ ਕੋਈ, ਸਾਰੇ ਤੈਨੂੰ ਧੰਨ ਧੰਨ ਕਹਿਣਗੇ। ਮੁਖ ਉਜਲ ਹਰ ਦਰਗਹਿ ਸੋਏ, ਰੱਬ ਦੀ ਦਰਗਾਹ ਵਿੱਚ ਮੁਖ ਉਜਲਾ ਹੋ ਜਾਏਗਾ। ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਪਾਰ ਬਿਰਲਾ ਵਪਾਰ ਨਾਨਕ ਤੰਗ ਹੈ ਸਤਿਗੁਰ ਨਿਹਾਲ ਹੈ। ਮਹਾਰਾਜ ਕਹਿੰਦੇ ਇਹ ਵਪਾਰ ਕਰਦੇ ਮਿਲਦੇ, ਪਰ ਜਿਹੜੇ ਕਰਦੇ ਨੇ ਨਾ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਲ ਕਰਨਾ। ਨਾਮ ਜਪ ਕੇ ਵੇਖੀਏ ਸਾਧ ਸੰਗਤ, ਗੁਰੂ ਸਾਹਿਬ ਸਾਡੇ ਤੋਂ ਬਲਿਹਾਲ ਜਾਣਗੇ ਜੀ, ਪਰ ਜਪਣਾ ਪੈਣਾ। ਰੱਜ ਕੇ ਆਖੋ ਵਿਰਲੇ ਵਿਰਲੇ ਅਨੰਦਪੁਰ ਸਾਹਿਬ ਆ ਕੇ ਸਤਿਗੁਰੂ ਜੀ ਦੇ ਕੋਲੋਂ ਭਗਤੀ ਦੀ ਦਾਤ ਮੰਗਦੇ ਜੀ, ਵਿਰਲੇ ਵਿਰਲੇ ਝੋੜੀ ਅੱਡ ਲੈਂਦੇ। ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਣ ਖੈਰ ਪਾ ਦਿਓ ਝੋੜੀ ਦਿੱਤੀ, ਫਿਰ ਮਹਾਰਾਜ ਖੈਰ ਪਾ ਦਿੰਦੇ ਜੀ। ਔਰ ਇਹ ਅਰਦਾਸਾਂ ਕੀਤੀਆਂ ਬਾਣੀ ਚ, ਸ਼ੇਖ ਫਰੀਦਾ ਖੈਰ ਦੀ ਚਰਬੰਦਗੀ, ਉਹ ਬੰਦਗੀ ਦੀ ਖੈਰ ਮੰਗਦੇ। ਖੈਰ ਕੀ ਹੁੰਦੀ ਜੀ? ਹਾਂ, ਭੀਖ ਮੰਗਣੀ ਜੀ, ਭੀਖ ਮੰਗਦੇ ਜੀ। ਭੀਖ ਭੀਖ ਐਵੇਂ ਨੀ ਮੰਗੀ ਜਾਂਦੀ, ਭੀਖ ਮਨ ਮਾਰ ਕੇ ਮੰਗੀ ਜਾਂਦੀ। ਲੋਕਾਂ ਦੀਆਂ ਗੱਲਾਂ ਵੀ ਸੁਣਦੀਆਂ ਪੈਂਦੀਆਂ, ਜਿਹੜੇ ਭੀਖ ਮੰਗਦੇ ਲੋਕ ਕਈ ਕੁਝ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ ਜੀ, ਬੁਰਾ ਭਲਾ ਵੀ ਬੋਲਦੇ ਨੇ। ਉਹ ਮਨ ਮਾਰਦੇ ਤੇ ਫਿਰ ਭੀਖ ਮੰਗਦੇ। ਗੁਰੂ ਸਾਹਿਬ ਤਾੜਨਾ ਕਰਨ ਜਾਂ ਪਿਆਰ ਕਰਨ, ਜਦੋਂ ਭੀਖ ਮੰਗਣੀ ਫਿਰ ਤੇ ਮੰਗਣੀ ਹੈ ਜੀ, ਫਿਰ ਤੇ ਕਹਿਣਾ ਪੈਣਾ ਖੈਰ ਦੀਜੈ ਬੰਦਗੀ ਜੀ। ਮਹਾਰਾਜ ਸਾਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰੋ। ਵਿਰਲੇ ਵਿਰਲੇ ਅਨੰਦਪੁਰ ਸਾਹਿਬ ਵਿੱਚ ਆਉਂਦੇ ਜਿਹੜੇ ਮਾਲਕ ਕੋਲ ਨਾਮ ਦੀਆਂ ਦਾਤਾਂ ਮੰਗਦੇ, ਮਾਲਕ ਕੋਲੋਂ ਦਰਸ਼ਨਾਂ ਦੀ ਦਾਤ ਮੰਗਦੇ, ਫਿਰ ਸਤਿਗੁਰੂ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਜੀ, ਉਹਨਾਂ ਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਦੇ। ਮਹਾਰਾਜ ਕਿਰਪਾ ਕਰਨ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਹਜ਼ੂਰ ਸਾਹਿਬ ਅਭਿਆਸ ਕੀਤਾ ਜੀ ਗੁਰਬਾਣੀ ਦਾ, ਜਥੇ ਚ ਗਏ ਸਨ ਮਹਾਂਪੁਰਖਾਂ ਦੇ ਨਾਲ। ਮਹਾਂਪੁਰਖ ਕਹਿੰਦੇ ਭਾਈ ਜੀ ਨੇ ਹਜ਼ੂਰ ਸਾਹਿਬ ਰਹਿਣਾ, ਉਹ ਰਹਿਦੇ ਪਰ ਕਰਨਾ ਅਭਿਆਸ ਪਏਗਾ, 108 ਪਾਠ ਜਪਜੀ ਸਾਹਿਬ ਦੇ ਕਰਨੇ ਪੈਣਗੇ ਰੋਜ਼ ਦੇ। ਤੇ ਇਹ ਕਹਿੰਦੇ ਵੀ ਜਰਨੈਲ ਸਿੰਘ ਨੇ ਤਾਂ ਰਹਿਣਗੇ। ਫਿਰ ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ ਤੇ ਜਪ ਤਪ ਕਰਨ ਗਏ, ਫਿਰ ਉੱਥੇ ਦਰਸ਼ਨ ਹੋਏ ਜੀ ਮਾਤਾ ਜੀ ਦੇ, ਸਭ ਕੁਝ ਹੋ ਜਾਂਦਾ। ਸੰਗਤ ਜੀ ਤੇ ਬਾਣੀ ਪੜ੍ਹੀ ਗਈ, ਸਭ ਕੁਝ ਹੋ ਜਾਂਦਾ। ਬੜਾ ਅਭਿਆਸ ਕੀਤਾ, ਨਾਲ ਦੇ ਸਿੰਘ ਦੱਸਦੇ ਵੀ ਛੱਕਦੇ ਨਹੀਂ ਸੀ ਕੁਝ ਹੁੰਦੇ, ਇਹ ਵੀ ਦੱਸਦੇ ਵੀ ਬੋਲਣ ਦਾ ਸਮਾਂ ਨਹੀਂ ਸੀ ਹੁੰਦਾ। ਹੁਣ ਅਭਿਆਸ ਹੀ ਇੰਨਾ ਕਰਨਾ ਤੇ ਗੱਲਾਂ ਕਿਹੜੇ ਕਿਹੜੇ ਕਰਨੀਆਂ ਜੀ, ਬੋਲਣ ਦਾ ਸਮਾਂ ਨਹੀਂ ਸੀ ਹੁੰਦਾ। ਮਾਤਾ ਜੀ ਨੇ, ਮਾਤਾ ਜੀ ਦੇ ਦਰਸ਼ਨ ਹੋਏ ਤੇ ਮਨ ਬੈਰਾਗੀ ਹੋ ਗਿਆ, ਤੇ ਮਨ ਵਿੱਚ ਫਿਰ ਵਾਹਿਗੁਰੂ ਜਦੋਂ ਮਾਤਾ ਜੀ ਨੇ ਪੁੱਛਿਆ ਨਾ ਮਾਤਾ ਜੀ ਨੇ, ਤੇ ਫਿਰ ਕਹਿਣ ਲੱਗੇ ਵੀ ਬਾਪੂ ਦੇ ਦਰਸ਼ਨ ਨਹੀਂ ਹੋ ਰਹੇ ਜੀ, ਫਿਰ ਉਹ ਵੀ ਦਰਸ਼ਨ ਹੋਏ ਜੀ। ਲੱਗਣਾ ਪੈਣਾ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਲਾ ਲਓ ਮਹਾਰਾਜ, ਇਸ ਕੰਮ ਲਾ ਲਓ।
ਬਾਕੀ ਤੇ ਕਰਦਿਆਂ ਕਰਦਿਆਂ ਜਨਮ ਲੱਗ ਹੀ ਗਿਆ ਸੀ, ਇਹ ਕੰਮ ਨਹੀਂ ਹੋਇਆ ਅਜੇ ਤੱਕ। ਬਾਕੀ ਕੰਮ ਕਰਦਿਆਂ ਕਰਦਿਆਂ ਜਨਮ ਲੱਗ ਗਿਆ, ਜਿੰਨਾ ਕੁ ਲੰਘਿਆ ਲੰਘ ਗਿਆ। ਹੁਣ ਵਾਹਿਗੁਰੂ ਭਗਤ ਦੀ ਦੱਸ ਪੈਣ ਜੀ, ਸਤਿਗੁਰੂ ਕਿਰਪਾ ਕਰਨ, ਸਿੱਖ ਸੇਵਾ ਕਰਦੇ ਆਨੰਦਪੁਰ ਸਾਹਿਬ। ਕਈ ਦੀ ਇੱਛਾ ਰੱਖ ਲੈਂਦੇ ਸੀ, ਕੱਲ ਵੀ ਕਥਾ ਹੋਈ ਸੀ ਕਿ ਸਾਨੂੰ ਆਪ ਮਿਲੇ, ਕਈ ਇੱਛਾ ਨਹੀਂ ਸੀ ਰੱਖਦੇ ਹੁੰਦੇ। ਜਿਹੜੇ ਇੱਛਾ ਨਹੀਂ ਸੀ ਰੱਖਦੇ ਹੁੰਦੇ, ਫਿਰ ਮਹਾਰਾਜ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਉਂਦੇ ਹੁੰਦੇ ਸਨ। ਨਿਰ ਇੱਛਤ ਹੋ ਕੇ ਸੇਵਾ ਜਿਹੜਾ ਕਰਦਾ ਨਾ, ਮਹਾਰਾਜ ਬ੍ਰਹਮ ਗਿਆਨੀ ਬਣਾ ਦਿੰਦੇ ਉਹਨੂੰ। ਕਿਉਂ? ਵੇਖਦੇ ਰਹਿੰਦੇ ਸੀ। ਬ੍ਰਹਮ ਗਿਆਨ ਸ਼ੇਰਨੀ ਦਾ ਦੁੱਧ ਹੈ। ਤੇ ਸਾਧ ਸੰਗਤ ਜੀ, ਜੋ ਆਪਾਂ ਪੜ੍ਹਦੇ ਹਾਂ ਤੇ ਸੁਣਦੇ ਹਾਂ, ਸ਼ੇਰਨੀ ਦਾ ਦੁੱਧ ਹੈ ਨਾ ਜਿਹੜਾ, ਉਹ ਲੋਹੇ ਪਿੱਤਲ ਤਾਂਬੇ ਦੇ ਭਾਂਡਿਆਂ ਚ ਨਹੀਂ ਡਿੱਗਦਾ ਜੀ। ਸ਼ੇਰਨੀ ਦਾ ਦੁੱਧ ਵੀ ਸੋਨੇ ਦੇ ਭਾਂਡੇ ਚ ਡਿੱਗਦਾ ਹੈ ਜੀ। ਪਹਿਲੀ ਗੱਲ, ਸ਼ੇਰਨੀ ਦਾ ਦੁੱਧ ਚੋਣਾ ਬੜਾ ਔਖਾ ਜੀ, ਨਾਮ ਜਪਣਾ ਬੜਾ ਔਖਾ। ਤੇ ਜੇ ਜਪ ਲਿਆ ਸ਼ੇਰਨੀ ਦਾ ਦੁੱਧ, ਚੋ ਵੀ ਲਿਆ, ਤੇ ਫਿਰ ਭਾਂਡਾ ਸੋਨੇ ਦਾ ਚਾਹੀਦਾ ਹੈ ਜੀ, ਸਾਂਭਣਾ ਪੈਣਾ ਜੀ। ਮਸਕੀਨ ਜੀ ਦੱਸਦੇ, ਅਭਿਆਸੀ ਲੱਗੇ ਲੱਗੇ ਕਈ ਵਾਰੀ ਸੁਰਤ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਕਹਿਣ ਲੱਗੇ 16 ਸਾਲ ਹੋ ਗਏ, ਇੰਗਲੈਂਡ ਦਾ ਹੀ ਸੀ ਉਹ ਸਿੰਘ ਜੀ, ਬਾਣੀ ਪੜ੍ਹਿਆ ਕਰੇ, ਕਥਾ ਵੀ ਸੁਣਿਆ ਕਰੇ ਤੇ ਕੀਰਤਨ ਵੀ ਸੁਣਿਆ ਕਰੇ। 16 ਸਾਲ ਹੋ ਗਏ ਉਹਨੂੰ ਲੱਗਿਆ ਤੇ ਪ੍ਰਾਪਤੀ ਕੋਈ ਨਹੀਂ ਹੋਈ। ਕਹਿਣ ਲੱਗੇ ਮੈਨੂੰ ਉਹ ਇੱਥੋਂ ਤੱਕ ਕਹਿਣ ਲੱਗ ਪਿਆ ਵੀ ਮਸਕੀਨ ਜੀ, ਹੁਣ ਤੇ ਕਈ ਸਾਲ ਹੋ ਗਏ, 16 ਸਾਲ ਹੋ ਗਏ ਮੈਨੂੰ ਬਾਣੀ ਪੜ੍ਹਦਿਆਂ, ਗੱਲ ਤੇ ਬਣੀ ਕੋਈ ਨੀ, ਕਈ ਵਾਰੀ ਲੱਗਦਾ ਵੀ ਰੱਬ ਹੈਗਾ ਵੀ ਇੱਕ ਨਹੀਂ ਹੈਗਾ ਜੀ। ਮੈਂ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਵੀ 16 ਸਾਲ ਹੋ ਗਏ ਉਹਨੂੰ ਲੱਗੇ ਨੂੰ ਜੀ, ਤੇ ਮਨ ਇਹੋ ਜਿਹਾ ਢਿੱਲਾ ਫੁਰ ਨਾ ਬਣਾ ਸਕਦਾ, ਤੇ ਅਸੀਂ ਤੇ ਕਿਸੇ ਵੇਲੇ ਵੀ ਖਿਸਕ ਸਕਦੇ ਹਾਂ ਜੀ। 16 ਸਾਲ ਹੋ ਗਏ। ਤੂੰ ਕਹਿਣ ਲੱਗਾ ਵੀ ਮਸਕੀਨ ਦੀ, ਮੈਨੂੰ ਤੇ ਹੁਣ ਸ਼ੱਕ ਪੈਂਦਾ, ਕੋਈ ਗੱਲ ਨੀ ਬਣੀ ਅੰਦਰ ਦੀ। ਮਸਕੀਨ ਜੀ ਕਹਿੰਦੇ ਜੋ ਮੈਂ ਪੜ੍ਹਿਆ ਸੀ ਉਹਨੂੰ ਦੱਸਤਾ, ਪਰ ਮੈਨੂੰ ਤਜਰਬਾ ਨਹੀਂ ਸੀ ਇਸ ਗੱਲ ਦਾ। ਕਹਿਣ ਲੱਗੇ ਤੂੰ ਇਸ ਕੰਮ ਵਾਸਤੇ ਵੀ ਮਨ ਜੁੜੇ, ਅਵਸਥਾ ਬਣੇ, ਤੇ ਫਿਰ ਸੁਣ ਲਾ, ਮਿਹਨਤ ਤੇ ਕਰ, ਮਨ ਜੁੜਨਾ ਫਲ ਹੈ। ਤੂੰ ਕਹਿੰਦਾ ਫਲ ਪਹਿਲਾਂ ਮਿਲੇ ਤੇ ਮਿਹਨਤ ਬਾਅਦ ਚੋਂ ਕਰਾਂ, ਇਹ ਵੀ ਆਸ ਛੱਡ ਦੇ ਵੀ ਮੇਰਾ ਮਨ ਜੁੜੇ, ਇਹ ਵੀ ਛੱਡ ਦੇ ਵੀ ਮੈਨੂੰ ਪੁਰਾਣੀ ਅਵਸਥਾ ਦੀ ਪ੍ਰਾਪਤੀ ਹੋ ਜਾਵੇ, ਬਸ ਜਪ ਤਗੜਾ ਹੋ ਕੇ, ਕੱਜ ਕੇ ਆਖੋ ਵਾਹਿਗੁਰੂ, ਪੜ ਪਾਣੀ ਤਗੜਾ ਹੋ ਕੇ, ਇਹ ਵੀ ਛੱਡ ਦੇ ਵੀ ਮੇਰੀ ਇਹ ਅਵਸਥਾ ਬਣ ਜਾਏ। ਕਹਿਣ ਲੱਗੇ ਉਹ ਕਹਿੰਦਾ ਠੀਕ ਹੈ, ਉਹਦੀ ਇਹ ਭਾਵ ਤੋਂ ਬਾਅਦ ਮਹਾਰਾਜ ਨੇ ਮਿਹਰ ਕਰਦੀ ਹੋਵੇ ਤੇ ਨੀਚੇ ਕੰਮ ਛੱਡਣੇ ਔਖੇ ਨਹੀਂ ਤੇ ਹੈਗੇ ਜੀ। ਕਹਿਣ ਲੱਗੇ ਮੈਨੂੰ ਤੀਜੇ ਦਿਨ ਮਿਲਿਆ, ਜਦੋਂ ਤੀਜੇ ਦਿਨ ਮਿਲਿਆ ਤਾਂ ਉਹਦਾ ਚਿਹਰਾ ਹੀ ਬਦਲਿਆ ਹੋਇਆ ਸੀ ਜੀ। ਮੈਂ ਮਹਿਸੂਸ ਕੀਤਾ, ਕਹਿਣ ਲੱਗੇ ਵੀ ਕੋਈ ਗੱਲ ਬਣੀ, ਮੈਂ ਪੁੱਛਿਆ, ਉਹ ਕਹਿਣ ਲੱਗਾ ਹਾਂ ਗੱਲ ਬਣ ਗਈ ਹੈ। ਹੁਣ ਬੈਠਿਆਂ ਬੈਠਿਆਂ ਪਤਾ ਹੀ ਨਹੀਂ ਲੱਗਦਾ ਜੀ, ਗੁਰਮੁਖੋ ਬੈਠਾ ਬੈਠਿਆਂ 2, 3, 4, 5, 6 ਘੰਟੇ ਲੰਘ ਜਾਣ, ਪਰਮੇਸ਼ਰ ਦੀਆਂ ਗੱਲਾਂ ਕਰਦਿਆਂ, ਭਜਨ ਕਰਦਿਆਂ, ਬਾਣੀ ਪੜ੍ਹਦਿਆਂ, ਸਮਝੋ ਰੱਬ ਦੀ ਮਿਹਰ ਹੋਣੀ ਸ਼ੁਰੂ ਹੋ ਗਈ ਹੈ ਜੀ। ਕਹਿਣ ਲੱਗੇ ਮੈਂ ਫਿਰ 8 ਸਾਲਾਂ ਬਾਅਦ ਗਿਆ, ਉਹ ਪ੍ਰੇਮੀ ਫਿਰ ਮਿਲਿਆ, ਪਰ ਉਹਦੇ ਚਿਹਰੇ ਤੇ ਥੋੜੀ ਜਿਹੀ ਘਬਰਾਹਟ ਸੀ। ਕਹਿਣ ਲੱਗੇ ਮੈਂ ਪੁੱਛਿਆ ਵੀ ਨਾਮ ਵਾਲਾ ਖੇੜਾ ਨਹੀਂ ਹੈ, ਘਬਰਾਹਟ ਹੈ, ਗੱਲ ਕੀ ਹੈ? ਉਹ ਕਹਿਣ ਲੱਗਾ ਮਸਕੀਨ ਜੀ, 8 ਫੁੱਟ ਦੀ ਛੱਤ ਹੈ ਸਾਡੇ ਘਰ, ਜਿਸ ਕਮਰੇ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉਸ ਕਮਰੇ ਦੀ ਬੈਠਾ ਅਭਿਆਸ ਕਰ ਰਿਹਾ ਸਾਂ, ਮੈਨੂੰ ਪਤਾ ਨਹੀਂ ਲੱਗਾ
ਸਰੀਰ ਹਵਾ ਵਿੱਚ ਹੋ ਗਿਆ ਤਾਂ ਸਿਰ ਛੱਤ ਨਾ ਜਾ ਬੱਚਾ ਕਹਿਣ ਲੱਗਾ। ਮਸਕੀਨ ਜੀ ਕਹਿਣ ਲੱਗੇ ਇਹ ਤੇ ਹੋਰ ਕਿਰਪਾ ਹੋਈ, ਜਿਉਂ ਜਿਉਂ ਪਾਪਾਂ ਦਾ ਬੋਝ ਘਟਦਾ ਜਾਏਗਾ ਧਰਤੀ ਦਾ ਗੁਰਤਵਾਕਰਸ਼ਣ ਬਲ ਬੰਦੇ ਤੇ ਅਸਰ ਨਹੀਂ ਕਰੇਗਾ ਜੀ। ਗ੍ਰੈਵਿਟੀ ਕਹਿੰਦੇ ਨੇ ਉਹ ਅਸਰ ਨਹੀਂ ਕਰਦੀ, ਅਸਰ ਨਹੀਂ ਕਰਦੀ। ਉਹ ਤਾਂ 400 ਮੀਲ ਤੱਕ ਦੱਸਦੇ ਧਰਤੀ ਵਿੱਚ ਖਿੱਚਣ ਦੀ ਤਾਕਤ ਹੈਗੀ, ਤਾਂ ਉੱਤੇ 400 ਮੀਲ ਹੋਵੇ ਨਾ ਜੀ ਕੋਈ ਚੀਜ਼ ਧਰਤੀ ਖਿੱਚ ਸਕਦੀ ਉਹਨੂੰ। ਪਰ ਨਾਮ ਜਪਣ ਵਾਲੇ ਕੁਛ ਹੌਲੇ ਹੋ ਜਾਂਦੇ। ਉਹ ਕਹਿਣ ਲੱਗੇ ਵੀ ਇਹ ਵੀ ਤੇਰੇ ਤੇ ਕਿਰਪਾ ਤੇ ਤੂੰ ਸ਼ੁਕਰ ਵਿੱਚ ਜੁੜ ਜਾ। ਪਰ ਇੱਕ ਅਵਸਥਾ ਹੋਰ ਆਏਗੀ ਤੇ ਤਗੜਾ ਹੋ ਕੇ ਲੱਗਾ ਰਹੀ ਨਾਮ ਜਪਦਿਆਂ ਜਪਦਿਆਂ, ਇੱਕ ਦਿਨ ਤੈਨੂੰ ਐਸਾ ਲੱਗੇਗਾ ਵੀ ਮੇਰੀ ਮੌਤ ਹੋਣ ਲੱਗੀ ਹੈ, ਪਰ ਉਹ ਤੇਰੇ ਪਹਿਲੇ ਜੀਵਨ ਦੀ ਹੋਏਗੀ। ਮਾੜੇ ਸੰਸਕਾਰ ਉਸ ਦਿਨ ਸਾਰੇ ਸੜ ਜਾਣਗੇ ਤੇ ਅਗਲੀ ਕਿਰਪਾ ਸ਼ੁਰੂ ਹੋ ਜਾਏਗੀ। ਹੁਣ ਜੇ ਉਹ ਦਿਨ ਆ ਗਿਆ ਤੇ ਘਬਰਾਈ ਨਾ ਤੇ ਜਪੀ ਕਹਿਣ ਲੱਗੇ, ਜਾਪ ਕਰੀ ਅਭਿਆਸ ਕਰੀ। ਸਤਿ ਸੰਗਤ ਜੀ ਜਿਹੜੇ ਫਿਰ ਲੱਗਦੇ ਉਹਨਾਂ ਤੇ ਮਾਲ ਕਿਰਪਾ ਕਰਦੇ ਜਾਏਗੀ। ਪਰ ਜਿਹੜੀ ਗੱਲ ਸੀ ਨਾ ਵੀ ਇੱਛਾ ਨੀ ਰੱਖਣੀ, ਉਹਨੇ 3 ਦਿਨ ਸਾਰੀਆਂ ਇੱਛਾਵਾਂ ਛੱਡ ਕੇ ਨਾਮ ਜਪਿਆ ਤੇ 3ਵੇਂ ਦਿਨ ਮਸਕੀਨ ਜੀ ਕਹਿੰਦੇ ਨਾ ਚਿਹਰਾ ਬਦਲ ਗਿਆ ਜੀ। ਤੇ 14 ਸਾਲ ਹੋ ਗਏ ਵਾਹਿਗੁਰੂ, 14-16 ਸਾਲ ਹੋ ਗਏ ਸੀ ਕਿ ਬਾਣੀ ਪੜ੍ਹਦੇ ਆ ਤੇ ਉਹ ਗੱਲ ਨਹੀਂ ਸੀ ਬਣਨ ਲਈ। ਬਾਣੀ ਪੜ੍ਹ ਕੇ ਇੱਛਾ ਰੱਖਣੀ, ਇੱਛਾ ਪੂਰੀ ਹੋ ਜਾਏਗੀ। ਪਰ ਜਦੋਂ ਬਾਣੀ ਪੜ੍ਹਨੀ, ਸੇਵਾ ਕਰਨੀ ਤੇ ਇੱਛਾ ਕੋਈ ਨੀ ਨਾ ਰੱਖਣੀ, ਫਿਰ ਮਹਾਰਾਜ ਅੰਦਰ ਦੀ ਦਾਤ ਬਖਸ਼ਿਸ਼ ਕਰਦੇ ਨੇ ਜੀ। ਫਿਰ ਮਹਾਰਾਜ ਅੰਦਰ ਦਾ ਟਿਕਾਓ ਦੇ ਦਿੰਦੇ ਜੀ। ਉਹ ਤਾਂ ਇਹ ਨਹੀਂ ਹੈ, ਬਾਣੀ ਪੜ੍ਹਨ ਨਾਲ ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ। ਜੇ ਵਸਤੂ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ ਆਖੋ ਬਲ ਕਹਿੰਦੇ ਚਿੱਤ ਲਾ ਕੇ ਜਪੋ, ਜੋ ਮੰਗੋਗੇ ਮਿਲੇਗਾ। ਲਿਖ ਕੇ ਦਿੱਤਾ ਮਹਾਰਾਜ ਨੇ, ਲਿਖਤੀ ਗੱਲ ਦੀ ਅੱਜ ਦੇ ਜ਼ਮਾਨੇ ਚ ਕਦਰ ਹੈ ਜੀ। ਜੇ ਵਸਤ ਮੰਗੀਏ ਸਾਰੀ ਪਾਈਏ, ਜੋ ਮੰਗੋਗੇ ਮਿਲ ਜਾਏਗਾ। ਕਦੋਂ? ਜੇ ਨਾਮ ਚਿੱਤ ਲਾਈਏ, ਜੇ ਚਿੱਤ ਨਾਮ ਵਿੱਚ ਲੱਗ ਜੇ। ਤੇ ਜੇ ਕੁਝ ਵੀ ਨਾ ਮੰਗੀਏ ਤੇ ਫਿਰ ਜਿਹੜਾ ਨਾਮ ਜਪਦੇ ਉਹ ਆਪ ਹੀ ਆ ਜਾਂਦਾ ਹੈ ਜੀ, ਉਹ ਰੱਬ ਜੀ ਆਪ ਹੀ ਅੰਦਰ ਆ ਜਾਂਦੇ। ਕਹੋ ਪ੍ਰੇਮ ਨਾਲ ਵਾਹਿਗੁਰੂ, ਫਿਰ ਰੱਬ ਜੀ ਆਪ ਆ ਜਾਂਦੇ ਜੀ। ਬੜੇ ਮਹਾਂਪੁਰਖ ਨਿਸ਼ਕਾਮ ਹੋ ਕੇ ਨਾਮ ਜਪਿਆ ਤੇ ਬੜੀ ਵੱਡੀ ਵੱਡੀ ਪ੍ਰਾਪਤੀ ਹੋਈ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਜੀ। ਜਿਹੜੇ 10ਵੇਂ ਪਾਤਸ਼ਾਹ ਦੇ ਦਰ ਦੇ ਝਾੜੂ ਫੇਰਦੇ, ਭਾਂਡੇ ਮਾਂਜਦੇ, ਕਾਮਨਾ ਕੋਈ ਨੀ ਨਾ ਹੈਗੀ ਜੀ, ਮਹਾਂਪੁਰਖ ਸੱਚੇ ਪਾਤਸ਼ਾਹ ਉਹਨਾਂ ਨੂੰ ਬ੍ਰਹਮ ਗਿਆਨ ਦੇ ਰਹੇ ਜੀ। ਕੱਲ ਦੇ ਪ੍ਰਸੰਗ ਵਿੱਚ ਸਾਰੀਆਂ ਗੱਲਾਂ ਬਚਨ ਆਪ ਜੀ ਨੇ ਸੁਣੇ। ਜਿਹੜਾ ਕਾਮਨਾ ਨਹੀਂ ਰੱਖਦਾ ਪਹਿਲਾਂ ਉਹਦੇ ਕੋਲ ਕਰਾਮਾਤਾਂ ਆਉਂਦੀਆਂ ਜੀ, ਤੇ ਜੇ ਉਹ ਕਰਾਮਾਤ ਵਿੱਚ ਧਿਆਨ ਨਾ ਦੇਵੇ, ਰਿਧੀਆਂ ਸਿੱਧੀਆਂ ਚ ਨਾ ਪਵੇ, ਫਿਰ ਅਗਲੀ ਬਖਸ਼ਿਸ਼ ਹੁੰਦੀ ਹੈ ਉਹਦੇ ਤੇ ਜੀ। ਅਗਲੀ ਬਖਸ਼ਿਸ਼ ਹੁੰਦੀ ਹੈ, ਤਤ ਵਸਤੂ ਅੰਦਰ ਟਿਕਣ ਲੱਗ ਪੈਂਦੀ ਹੈ। ਸੇਵਾ ਕਰਦਿਆਂ ਕਰਦਿਆਂ ਸਿੱਖ ਬ੍ਰਹਮ ਗਿਆਨ ਦੇ ਵਿੱਚ ਰੰਗੇ ਗਏ ਜੀ। ਭਾਈ ਕਨਈਆ ਜੀ ਵਰਗੇ ਸਿੱਖ 10ਵੇਂ ਪਾਤਸ਼ਾਹ ਦੇ ਦਰ ਤੇ ਪਾਣੀ ਪਿਆਉਂਦੇ ਹੁੰਦੇ ਸੀ ਸਾਰਿਆਂ ਨੂੰ ਜੀ, ਤੇ ਜੰਗ ਵਿੱਚ ਵੀ ਪਾਣੀ ਪਿਆਉਣਾ ਜੀ, ਪਰ ਐਡਾ ਰੰਗ ਵਿੱਚ ਵੀ ਮੁਗਲਾਂ ਦੀ ਫੌਜ ਨੂੰ ਵੀ ਪਿਆਈ ਗਏ ਜੀ, ਮੁਗਲਾਂ ਦੀ ਫੌਜ ਨੂੰ ਵੀ ਪਿਆਈ ਗਏ। ਮਹਾਰਾਜ ਕਹਿੰਦੇ, ਭਾਈ ਸੰਤੋਖ ਸਿੰਘ ਕਹਿੰਦੇ, ਕੋ ਕੋ ਗਿਣੀਆਂ ਹੈ ਤਰੇ ਅਨੇਕ, ਕਿਹੜੇ ਕਿਹੜੇ ਦੱਸਾਂ, ਅਨੇਕਾਂ ਹੀ 10ਵੇਂ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕਰਕੇ ਤਰ ਗਏ ਜੀ, ਤਰ ਗਏ ਜੀ। ਭਾਉ ਜਲ ਉਭਰੇ ਪਾਏ ਵਿਵੇਕ, ਗਿਆਨ ਦੀ ਪ੍ਰਾਪਤੀ ਹੋ ਗਈ ਤੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ ਜੀ, ਬਚ ਗਏ ਜੀ। ਸਿੱਧਾ ਸਰਬ ਪਾਏ ਆਨੰਦੇ, ਸਭ ਰਿਧੀਆਂ ਸਿੱਧੀਆਂ ਉਹਨਾਂ ਦੇ ਕੋਲ ਆ ਗਈਆਂ ਜੀ।
ਗੁਰ ਸੇਵੇ ਜਿਨ ਭਾਗ ਮਿਲਦੇ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਦਸਵੇਂ ਪਾਤਸ਼ਾਹ ਕੋਲ ਪਹੁੰਚ ਕੇ ਦਰਸ਼ਨ ਕਰਦੇ ਸਨ ਤੇ ਮਹਾਰਾਜ ਦੇ ਦਰ ਦੀ ਸੇਵਾ ਕਰਦੇ ਸਨ ਜੀ। ਹੁਣ ਵੀ ਉਹੋ ਹੀ ਦਰ ਹੈ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਗੁਰਮੁਖੋ ਗੁਰੂ ਘਰ ਵਿੱਚ ਹਰ ਸਕਿੰਟ ਤੇ ਬਖਸ਼ਿਸ਼ ਹੋ ਰਹੀ, ਹਰ ਸਕਿੰਟ ਤੇ ਇਹੋ ਜਿਹਾ ਕੋਈ ਸਮਾਂ ਹੀ ਨਹੀਂ ਹੈਗਾ ਜਦੋਂ ਮੇਰਾ ਨਾ ਬਦਲੀਆਂ ਹੋਣ ਤੇ ਬਖਸ਼ਿਸ਼ਾਂ ਨਾ ਹੁੰਦੀਆਂ ਹੋਣ। ਬਸ ਇਹ ਆ ਵੀ ਭਾਂਡਾ ਸਿੱਧਾ ਰੱਖਣਾ ਹੈ ਜੀ। ਉਹ ਭਾਂਡਾ ਹੀ ਪੁੱਠਾ ਹੋਏ ਤੇ ਵੀ ਜਿੰਨਾ ਮਰਜ਼ੀ ਪਾਈ ਜਾਏ ਇੱਕ ਬੂੰਦ ਵੀ ਨਹੀਂ ਟਿਕੇਗੀ। ਭਾਂਡਾ ਸਿੱਧਾ ਹੋ ਜਾਏ ਨਾ ਜੀ, ਫਿਰ ਭਾਂਡਾ ਬਲਦਾ ਜੀ। ਮੀਂਹ ਹਰ ਵਕਤ ਪੈ ਰਿਹਾ ਰੱਬ ਦੇ ਦਰ ਤੇ, ਗੁਰੂ ਸਾਹਿਬ ਦੇ ਘਰ ਸੇਵਾ ਬਖਸ਼ਿਸ਼ਾਂ ਦਾ। ਮਹਾਰਾਜ ਅੱਗੇ ਅਰਦਾਸ ਕਰਿਓ, ਸੱਜੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ, ਪਿਆਰ ਦੇ ਨਾਲ ਨਿਮਰਤਾ ਦੇ ਨਾਲ ਤੁਹਾਡੇ ਦਰ ਦੀ ਸੇਵਾ ਕਰੀਏ ਜੀ। ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ। ਜਿੱਥੇ ਮਹਾਰਾਜ ਵਿਖ ਜਾਣ ਬਸ ਉੱਥੇ ਸਾਰੇ ਕੰਮ ਛੱਡ ਕੇ ਹੱਥ ਜੋੜ ਕੇ ਖਲੋ ਜਾਣਾ ਜੀ। ਭਾਵੇਂ ਸੜਕ ਤੇ ਵਿਖ ਜਾਣ ਮਹਾਰਾਜ ਆ ਰਹੇ ਹੋਣ ਜਾਂ ਕਿਤੇ ਵੀ ਵਿਖ ਜਾਣ, ਸਾਰੇ ਕੰਮ ਛੱਡ ਕੇ ਹੱਥ ਜੋੜ ਕੇ ਖਲੋ ਕੇ ਸਿਰ ਨਵਾਉਣਾ ਜੀ। ਬੜੀ ਪ੍ਰਾਪਤੀ ਹੋਏਗੀ। ਹੁਣ ਅੱਗੋਂ ਪ੍ਰਸੰਗ ਸਰਵਣ ਕਰੀਏ। ਅਨੰਦਪੁਰ ਸਾਹਿਬ ਅਨੰਦਾਂ ਦੀ ਪੁਰੀ, ਅਨੰਦਪੁਰ ਸਾਹਿਬ ਮੇਹਰਾਂ ਦੀ ਪੁਰੀ, ਅਨੰਦਪੁਰ ਸਾਹਿਬ ਬਖਸ਼ਿਸ਼ਾਂ ਦੀ ਪੁਰੀ। ਪਰ ਸਾਧ ਸੰਗਤ ਇੱਕ ਹੋਰ ਬੇਨਤੀ ਕਰਾਂ, ਜਦੋਂ ਗੁਰੂ ਕਾ ਸਿੱਖ ਬਾਣੀ ਦਾ ਅਭਿਆਸ ਕਰਦਿਆਂ ਕਰਦਿਆਂ ਹੋਰ ਨੇੜੇ ਹੁੰਦਾ ਨਾ, ਦੂਜੀ ਲਾਮ ਜ਼ਿੰਦਗੀ ਦੇ ਸ਼ੁਰੂ ਹੁੰਦੀ, ਫਿਰ ਉਹ ਜਿੱਥੇ ਬਹਿ ਗਏ ਉੱਥੇ ਅਨੰਦਪੁਰ ਸਾਹਿਬ ਬਣ ਜਾਂਦਾ ਹੈ। ਉੱਥੇ ਗੁਰੂ ਸਾਹਿਬ ਮਿਹਰ ਵਰਤਾ ਦਿੰਦੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮਿੱਤ ਸਹਾਈ। ਪਰ ਅਨੰਦਪੁਰ ਸਾਹਿਬ ਵਿੱਚ ਤੇ ਪਰਮੇਸ਼ਰ ਸਰਗੁਣ ਰੂਪ ਧਾਰਨ ਕਰਕੇ ਬੈਠੇ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਪਿਆਰ ਨਾਲ ਸਰਵਣ ਕਰੀਏ। ਜੋੜੋ ਦੋਵੇਂ ਹੱਥ, ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਜੀ ਤੋ ਸਤ ਸੰਗ ਕੋ ਸੇਵੈ ਤਿਸੈ ਪ੍ਰਕਾਰ। ਬਹੁਤ ਵਾਰ ਪਤਾ ਕੀ ਪ੍ਰਤੀ ਪ੍ਰਾਪਤੀ ਹੋ ਜੇ ਬੰਦਾ ਸੇਵਾ ਕਰਨੀ ਛੱਡ ਦਿੰਦਾ ਹੈ ਜੀ। ਮਾਤਾ ਜੀ ਤੋ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਅਵਤਰਨ ਹੋ ਗਿਆ, ਜਨਮ ਹੋ ਗਿਆ ਜੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਮਾਤਾ ਜੀ ਉਹਨਾਂ ਦਾ ਵੀ ਧਿਆਨ ਰੱਖਦੇ ਨੇ ਤੇ ਦਸਵੇਂ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਐਸਾ ਨੇਮ ਬਣਾਤਾ, ਉਸ ਦਿਨ ਤੋਂ ਬਾਅਦ ਮਾਤਾ ਜੀ ਨੇ ਸੇਵਾ ਕਰਨੀ ਛੱਡੀ ਨਹੀਂ ਜੀ। ਅਸੀਂ ਇੱਕ ਹੀ ਸੇਵਾ ਕਰ ਲਈਏ ਤੇ ਮਾਣ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਬੰਦਾ ਜੀ। ਮੈਂ ਹੀ ਕੀਤੀ ਹੈ ਜੀ, ਜੇ ਮੈਂ ਨਾ ਕਰਾਂ ਹੋਵੇ ਹੀ ਨਾ ਜੀ। ਇੱਕ ਹੀ ਸੇਵਾ ਕਰਦਾ ਤੇ ਮਾਣ ਦੀ ਪੰਡ ਸਿਰ ਤੇ ਚੁੱਕੀ ਫਿਰੇਗਾ ਬੰਦਾ। ਮਾਤਾ ਜੀ ਉਸੇ ਤਰ੍ਹਾਂ ਹੀ ਨੇਮ ਦੇ ਨਾਲ ਤੇ ਪ੍ਰੇਮ ਦੇ ਨਾਲ ਗੁਰੂ ਘਰ ਵਿੱਚ ਸੇਵਾ ਕਰਦੇ ਨੇ ਜੀ। ਹਾਂਜੀ, ਆਸਨ ਬਸਨ ਕਉ ਦੀਤ ਹੈ ਕਰ ਪੁਰ ਭਾਵ ਉਦਾਰ। ਮਾਤਾ ਜੀ ਨੇ ਪਤਾ ਕੀ ਕਰਨਾ ਸ਼ੁਰੂ ਕੀਤਾ, ਜਿੱਥੇ ਭੋਜਨ ਛਕਾਉਂਦੇ ਸਨ ਸੰਗਤਾਂ ਦੇ ਚਰਨ ਧਵਾਉਣੇ, ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ, ਇੱਕ ਹੋਰ ਕੰਮ ਮਾਤਾ ਜੀ ਨੇ ਕਰਨਾ ਸ਼ੁਰੂ ਕਰਤਾ, ਜਿੱਥੇ ਪ੍ਰਸ਼ਾਦੇ ਦਾ ਲੰਗਰ ਲਾਉਣਾ ਸ਼ੁਰੂ ਕੀਤਾ, ਮਾਤਾ ਜੀ ਨੇ ਕੱਪੜਿਆਂ ਦਾ ਲੰਗਰ ਵੀ ਲਾ ਦਿੱਤਾ ਸੀ। ਆਖੋ ਜਿਹਨੂੰ ਵੇਖਦੇ ਕੱਪੜੇ ਨਹੀਂ ਹੈਗੇ, ਮਾਤਾ ਜੀ ਕੱਪੜੇ ਦਿੰਦੇ ਜੀ। ਸਾਡੇ ਵੀਰ ਹਰ ਗੱਲ ਦਾ ਦਾਨ ਦੇ ਇੰਨੇ ਦੁਆਲੇ ਹੋ ਜਾਂਦੇ ਵੀ ਦਾਨ ਨਾ ਕਿਤੇ ਕਰੇ ਹੋ ਜੀ। ਸਾਧ ਸੰਗਤ, ਜੇ ਵਾਹਿਗੁਰੂ ਜੀ ਨੇ ਖੁੱਲੇ ਪਦਾਰਥ ਦਿੱਤੇ ਨੇ ਤੇ ਜੇ ਕਿਸੇ ਨੂੰ ਗਾਹ ਦੇ ਦਿਆਂਗੇ ਤੇ ਆਸ਼ੀਰਵਾਦ ਹੀ ਮਿਲੇਗਾ ਜੀ। ਕਹਿਣਾ ਚਾਹੀਦਾ ਮਾਤਾ ਜੀ ਖੁੱਲੇ ਦਿਓ,
ਦੂਜਿਆਂ ਨੂੰ ਵੀ ਵੰਡਣ ਜੋਗੇ ਦਿਓ। ਮਾਤਾ ਜੀ ਕੱਪੜੇ ਵੀ ਦਿੰਦੇ ਨੇ ਜੀ, ਲੋੜਵੰਦਾਂ ਨੂੰ ਕੱਪੜੇ ਤੱਕ ਮਾਤਾ ਜੀ ਨੇ ਦੇਣੇ। ਪੰਕਤੀਆਂ ਬਖਸ਼ਿਸ਼ਾਂ ਤੇ ਆਪੇ ਵਰਤਣੀਆਂ ਜੀ, ਕੱਪੜੇ ਦੇਣੇ, ਪ੍ਰਸ਼ਾਦੇ ਦਾ ਮਾਤਾ ਜੀ ਨੇ ਬੜਾ ਧਿਆਨ ਰੱਖਣਾ। ਮਧੁਰ ਸਲਵਨ ਤੁਰਸ਼ਯੁਤ ਸਵਾਦ, ਮਿੱਠੇ ਲੂਣ ਵਾਲੇ ਹੋਰ ਕਈ ਪ੍ਰਕਾਰ ਦੇ ਪਦਾਰਥ ਮਾਤਾ ਜੀ ਨੇ ਸੰਗਤ ਨੂੰ ਬਣਾ ਕੇ ਛਕਾਉਣੇ ਜੀ। ਹਾਂਜੀ, ਕਰਵਹ ਵਿੰਜਨ ਚਾਵਰ ਆਦ, ਚੌਲ ਤੇ ਮਾਤਾ ਜੀ ਨੇ ਬਣਾਈ ਰੱਖਣੇ। ਹਰ ਵਕਤ ਦੀ ਗੱਲ ਕੇ ਆਖੋ, ਚੌਲ ਤੇ ਬਣਾਈ ਰੱਖਣੇ ਵੀ ਕਿਸੇ ਸਮੇਂ ਵੀ ਕੋਈ ਆ ਜੇ ਪ੍ਰਸ਼ਾਦੇ ਨੂੰ ਸਮਾਂ ਲੱਗੇ, ਚੌਲ ਤੇ ਹੱਥ ਲਾਉਣਾ ਜੀ ਉੱਥੇ ਜੀ। ਚੌਲ ਤੇ ਮਾਤਾ ਜੀ ਨੇ ਬਣਾਈ ਰੱਖਣੇ ਅਨੰਦਪੁਰ ਸਾਹਿਬ ਵਿੱਚ ਜੀ। ਹਾਂਜੀ, ਪਾਇਸ ਬਨ ਹੈ ਪਾਏ ਵਿੱਚ ਮੇਵੇ, ਅਥਿਤ ਕੋ ਹਕਾਰ ਬਹੁ ਦੇਵੈ, ਵਿੱਚ ਮੇਵੇ ਪਾ ਕੇ ਕਈ ਪ੍ਰਕਾਰ ਦੇ ਪਦਾਰਥ ਪਾ ਕੇ ਪਲਾਹ ਬਣਾ ਕੇ ਰੱਖਣਾ ਜੀ, ਤੇ ਫਿਰ ਆਵਾਜ਼ਾਂ ਮਾਰ ਮਾਰ ਕੇ ਸੰਗਤ ਨੂੰ ਛਕਾਉਣਾ ਜੀ। ਆਵਾਜ਼ਾਂ ਮਾਰ ਮਾਰ ਕੇ ਇਹ ਦਾਤ ਹੀ ਹੈ ਜੀ, ਵਾਹਿਗੁਰੂ ਕਿਸੇ ਨੂੰ ਸੁਭਾਅ ਦੇ ਦੇ, ਕਿਸੇ ਨੂੰ ਸੁਭਾਅ ਦੇ ਦੇ, ਪਿਆਰ ਨਾਲ ਪ੍ਰਸ਼ਾਦਾ ਬਣਾਉਣਾ ਤੇ ਪਿਆਰ ਨਾਲ ਛਕਾਉਣਾ ਜੀ। ਵਾਹਿਗੁਰੂ ਦੀ ਬੜੀ ਵੱਡੀ ਦਾਤ ਹੈ ਮਾਤਾ ਜੀ ਤੋਂ ਜੀ, ਬਹੁਤੇ ਹੀ ਪਿਆਰ ਨਾਲ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ, ਕੋਈ ਕਿਸੇ ਸਮੇਂ ਵੀ ਆ ਜੇ ਧੰਨ ਮਾਤਾ ਜੀ ਤੋਂ ਜੀ, ਉਸੇ ਸਮੇਂ ਪ੍ਰਸ਼ਾਦੇ ਦੀ ਸੇਵਾ ਉਸੇ ਸਮੇਂ। ਹਾਂਜੀ, ਚਾਹਤ ਚਿੱਤ ਪ੍ਰਸੰਨਤਾ ਪਤੀ ਕੀ, ਮਾਤਾ ਜੀ ਦੇ ਚਿੱਤ ਵਿੱਚ ਪਤਾ ਕੀ ਚਾਹਤ ਹੈ, ਵੀ ਦਸਵੇਂ ਪਾਤਸ਼ਾਹ ਮੇਰੇ ਤੇ ਸਦਾ ਮਿਹਰਾਂ ਰੱਖਣ ਜੀ। ਮਾਤਾ ਜੀ ਨੂੰ ਸਮਝ ਆਈ ਹੈ ਇਹ ਆਮ ਪੁਰਸ਼ ਨਹੀਂ, ਇਹ ਖੁਦ ਪਰਮੇਸ਼ਰ ਜੀ ਦਾ ਰੂਪ ਨੇ ਜੀ। ਨਮਰੀ ਰਹਿ ਸਦਾ ਮਨ ਗਤ ਕੀ, ਆਖੋ ਪ੍ਰੇਮ ਨਾਲ ਧੰਨ ਮਾਤਾ ਜੀ ਤੋਂ ਜੀ, ਫਿਰ ਆਖੋ ਜੀ। ਨਮਰੀ ਰਹਿ ਸਦਾ ਗਤ ਮਨ ਕੀ, ਮਾਤਾ ਜੀ ਨੇ ਮਨ ਵਿੱਚੋਂ ਇਹ ਵਿਚਾਰ ਹੀ ਤਿਆਰ ਦਿੱਤਾ ਵੀ ਮੈਂ ਗੁਰੂ ਕੀ ਮਹਿਲਾਂ ਤੇ ਵੱਡੀ ਹੈ ਜੀ। ਬੜਾ ਮਾਣ ਘਾਲ ਹੁੰਦਾ ਸਾਧ ਸੰਗਤ ਦੇ ਨਗਰਾਂ ਦਾ, ਆਪਦੇ ਬੰਦਿਆਂ ਨੂੰ ਆ ਜਾਂਦਾ। ਧੰਨ ਮਾਤਾ ਜੀ, ਮਾਤਾ ਜੀ ਤੋਂ ਜੀ ਨੇ ਕਦੀ ਮਹਿਸੂਸ ਹੀ ਨੀ ਸੰਗਤ ਨੂੰ ਕਰਾਇਆ ਵੀ ਮੈਂ ਗੁਰੂ ਕੀ ਮਹਿਲ ਹੈ ਜੀ। ਸੇਵਾਦਾਰੀ ਬਣੇ ਰਹਿਣਾ ਜੀ, ਸੇਵਾਦਾਰੀ ਬਣੇ ਰਹਿਣਾ, ਕਦੀ ਕਿਸੇ ਨੇ ਉੱਚੀ ਬਚਤ ਨਹੀਂ ਕੀਤਾ, ਨਹੀਂ ਤੇ ਗੁਰੂ ਕੇ ਮਹਿਲ ਹੋਣ ਤੇ ਸਾਧ ਸੰਗਤ ਦੀ ਸਾਰੀਆਂ ਚੀਜ਼ਾਂ ਦੇ ਮਾਲਕ ਨੇ, ਉੱਚੀ ਬਚਨ ਵੀ ਕਰ ਸਕਦੇ ਨੇ। ਮਾਤਾ ਜੀ ਨੇ ਕਦੀ ਉੱਚੀ ਬਚਨ ਨਹੀਂ ਕੀਤਾ, ਸਦਾ ਹੀ ਨਿਮਰਤਾ, ਸਦਾ ਹੀ ਨਿਮਰਤਾ, ਤੇ ਗੁਰਮੁਖ ਮਨ ਵਿੱਚ ਹਉਮੈ ਨੂੰ ਨਹੀਂ ਆਉਣ ਦਿੱਤਾ ਮਾਤਾ ਜੀ ਨੇ। ਗੱਜ ਕੇ ਆਖੋ, ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਹੈ, ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ, ਗੁਮਾਨ ਤੱਕ ਨੂੰ ਮਤਲਬ ਦੂਰ ਕਰਤਾ ਜੀ ਮਾਤਾ ਜੀ ਨੇ। ਹਾਂਜੀ, ਪਿਖ ਹੈ ਨਗਨ ਕੋ ਬਸਨ ਉਡਾਵ ਹੈ, ਬਸ ਜਿਹਨੂੰ ਵੇਖਣਾ ਵੀ ਉਹਦੇ ਤਨ ਤੇ ਕੱਪੜੇ ਨਹੀਂ ਹੈਗੇ, ਧੰਨ ਮਾਤਾ ਜੀ ਤੋਂ ਜੀ ਨੇ ਉਸੇ ਸਮੇਂ ਕੱਪੜੇ ਮੰਗਵਾ ਕੇ ਦੇਣੇ ਜੀ ਉਹਨੂੰ ਜੀ। ਮੈਂ ਇੱਕ ਗੁਰਮੁਖ ਰੂਪ ਵੇਖੇ ਜੀ, ਉਹਨਾਂ ਦੇ ਘਰ ਨਾ ਜੀ ਹਿੰਦੂ ਸਾਧੂ ਆਇਆ ਜੀ, ਤੇ ਉਹ ਧੋਤੀ ਬੰਨਦੇ ਜੀ, ਧੋਤੀ ਦੇਣੀ ਸੀ ਉਹਨਾਂ ਨੂੰ ਜੀ, ਉਹ ਕਾਲੀ ਵਿੱਚ ਸੀ ਤੇ ਧੋਤੀ ਬੜੀ ਮੈਲੀ ਸੀ ਉਹਦੀ, ਤੇ ਉਹ ਸੋਚਣ ਵੀ ਹੁਣ ਬਾਹਰੋਂ ਜਾਵਾਂਗੇ ਕੱਪੜਾ ਲਿਆਵਾਂਗੇ ਸਮਾਂ ਲੱਗਣਾ, ਤੇ ਉਹ ਜਿਹੜੇ ਗੁਰਮੁਖ ਸਨ ਉਹ ਆਪ ਸੋਚੀ ਪਏ ਜੀ, ਤੇ ਮੈਂ ਖੁਦ ਵੇਖਿਆ ਉਹਨਾਂ ਦੀ ਘਰ ਦੀ ਪਤਨੀ ਉਹਨੇ ਆਪਣੀ ਰਜਾਈ ਦਾ ਗੁਲਾਬ ਹੀ ਫਾੜ ਦਿੱਤਾ ਜੀ, ਚਿੱਟੇ ਰੰਗ ਦੇ ਗੁਲਾਬ ਹੁੰਦੇ, ਰਜਾਈ ਦਾ ਗੁਲਾਬ ਹੀ ਫਾੜ ਕੇ ਤੇ ਕਹਿਣ ਲੱਗੇ ਵੀ ਆ ਧੋਤੀ ਬਣ ਲਓ ਕਹਿਣ ਲੱਗੇ। ਮੈਂ ਇਹ ਚੀਜ਼ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਵੀ ਗੱਲ ਤੇ ਭਾਗੇ ਠੀਕ ਹੈ ਜੀ, ਗ੍ਰਸਤੀ ਉਹ ਹੈ ਕੋਈ ਲੋੜਵੰਦ ਆਵੇ ਉਹਦੀ ਲੋੜ ਉਸੇ ਵੇਲੇ ਪੂਰੀ ਕਰੇ ਜੀ, ਉਸੇ ਸਮੇਂ ਉਹਦੀ ਲੋੜ ਪੂਰੀ। ਨਗਨ ਕੋ ਬਸਨ ਉਡਾਵੇ, ਮਾਤਾ ਜੀ ਜਿਹਨੂੰ ਵੇਖਦੇ ਵੀ ਉਹਦੇ ਤਨ ਤੇ ਕੱਪੜਾ ਵੀ ਉਸੇ ਵੇਲੇ ਉਹਨੂੰ ਬਸਤਰ ਦਿੰਦੇ, ਧੰਨ ਮਾਤਾ ਜੀ ਤੋਂ ਜੀ।
ਇਹ ਸੰਤਨ ਸਿੱਖ ਸੇਵਕ ਮਾਵੇ ਇਸ ਤਰੀਕੇ ਨਾਲ ਮਨ ਨੀਵਿਆਂ ਕਰਕੇ ਹਉਮੈ ਤੋਂ ਬਚਾ ਕੇ ਮਾਤਾ ਜੀ ਸਿੱਖ ਸੰਗਤਾਂ ਦੀ ਸੇਵਾ ਕਰਦੇ ਨੇ ਜੀ। ਵੇਖ ਲੋ ਗੁਰੂ ਕੇ ਮਹਿਲ ਹੋ ਕੇ ਮਨ ਵਿੱਚ ਹਉਮੈ ਨਹੀਂ ਆਉਣ ਦਿੱਤੀ ਜੀ। ਗੁਰੂ ਕੇ ਮਹਿਲ ਹੋ ਕੇ ਸਤ ਸੰਗਤ ਕੋਈ ਇਸਤਰੀ ਮਾਤਾ ਜੀਤੋ ਜੀਤੋ ਤਾਂ ਵੱਡੀ ਨਹੀਂ ਨਾ ਹੈਗੀ ਜੀ। ਸੱਚ ਕੇ ਆਖੋ ਕੋਈ ਆਖੇ ਵੀ ਮੈਂ ਤੇ ਮਾਤਾ ਜੀਤੋ ਜੀਤੋ ਵੀ ਵੱਡੀ ਆ, ਮਾਤਾ ਜੀਤੋ ਜੀਤੋ ਤੇ ਕੋਈ ਵੱਡਾ ਨਹੀਂ ਹੈਗਾ। ਦਸਵੇਂ ਪਾਤਸ਼ਾਹ ਦੇ ਮੈਂ ਪਰ ਮਨ ਨੀਵਾ ਹੰਕਾਰ ਨੂੰ ਮਾਤਾ ਜੀ ਨੇ ਨੇੜੇ ਨਹੀਂ ਆਉਣ ਦਿੱਤਾ ਤੇ ਸਾਧ ਸੰਗਤ ਇੱਕ ਸੇਵਾ ਕਰਕੇ ਵੱਡੀ ਪੰਡ ਚੁੱਕ ਰਹਿਣੀ ਵੀ ਮੈਂ ਹੀ ਕੀਤਾ ਸਾਰਾ ਕੁਝ ਦੀ ਪ੍ਰਾਪਤੀ ਵੀ ਤਾਈਓ ਕੋਈ ਨੀ ਜੀ। ਹਾਂਜੀ ਪਤੀ ਮੂਰਤ ਔਰ ਮੈਂ ਦ੍ਰਿੜ ਵਾਸੀ ਮਾਤਾ ਜੀ ਦੇ ਹਿਰਦੇ ਵਿੱਚ ਹਰ ਵਕਤ ਦਸਵੇਂ ਪਾਤਸ਼ਾਹ ਦਾ ਧਿਆਨ ਹਰ ਵਕਤ। ਹਾਂਜੀ ਨਿਸਤਨ ਪ੍ਰੇਮ ਵਧਿਓ ਅਬਿਨਾਸ਼ੀ ਕਹਿ ਗੁਰਮੁਖੋ ਸੰਗਤ ਦੀ ਸੇਵਾ ਕਰਦਿਆਂ ਹੰਕਾਰ ਨੂੰ ਦੂਰ ਕਰਤਾ ਤੇ ਸਾਧ ਸੰਗਤ ਕਮਾਈ ਤੇ ਪਹਿਲਾਂ ਹੀ ਬੜੀ ਸੀਗੀ ਜਿਹੜਾ ਮਹਾਰਾਜ ਦੇ ਮਹਿਲ ਬਣ ਕੇ ਸੇਵਾ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਨਾਲ ਪਿਆਰ ਵੱਧ ਗਿਆ ਜੀ। ਹੋਰ ਜੀ ਹੋਰ ਅਵਸਥਾ ਵੱਡੀ ਹੋ ਗਈ ਹੋਰ ਅਵਸਥਾ ਵੱਡੀ ਹੋ ਗਈ। ਕਈ ਕਈ ਸਾਲ ਲੱਗੇ ਰਹਿੰਦੇ ਬੰਦੇ ਜੀ ਉਹ ਜਿੰਨੀ ਕੁ ਸੇਵਾ ਕਰਦੇ ਜੀ ਓਨੇ ਕੁ ਦੂਜਿਆਂ ਨੂੰ ਦੇ ਦਿੰਦੇ ਜੀ ਬੋਲ ਬਲ ਕੇ ਤੇ ਉੱਥੇ ਕੀ ਰਹਿੰਦੇ ਕੋਈ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਜੀ। ਮਾਤਾ ਜੀ ਨਿਸ਼ਕਾਮ ਸੇਵਾ ਤੇ ਵਾਹਿਗੁਰੂ ਜੀ ਨਾਲ ਪਿਆਰ ਵੱਧ ਗਿਆ। ਹਾਂਜੀ ਅਧਿਕ ਰਹਿ ਦਰਸ਼ਨ ਕੀ ਲਾਲਸ ਸੇਵਾ ਕਰਤ ਨਾ ਠਾਨੇ ਆਲਸ ਸੇਵਾ ਕਰਨ ਲੱਗਿਆ ਮਾਤਾ ਜੀ ਕੋਈ ਆਲਸ ਨਹੀਂ ਸੀ ਰੱਖਦੇ ਹੁੰਦੇ ਆਖੋ ਤੁਹਾਨੂੰ ਮਾਤਾ ਜੀ ਤੋਰੀ ਕੋਈ ਆਲਸ ਨਹੀਂ ਕੋਈ ਆਲਸ ਨੂੰ ਨੇੜੇ ਨਹੀਂ ਆਉਣ ਦਿੱਤਾ ਤੇ ਅਧਿਕ ਰਹਿ ਦਰਸ਼ਨ ਕੀ ਲਾਲਸ ਕਈ ਕਈ ਦਿਨ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਦਰਸ਼ਨ ਕਰਨ ਦਾ ਮੌਕਾ ਵੀ ਸੀ ਮਿਲਦਾ ਹੁੰਦਾ ਜੀ। ਸੇਵਾ ਚ ਲੱਗੇ ਰਹਿਣਾ ਸੇਵਾ ਚ ਲੱਗੇ ਰਹਿਣਾ। ਹਾਂਜੀ ਏਮ ਸ਼੍ਰੀ ਜੀਤੋ ਕੋ ਲੱਖ ਭਾਉ ਪ੍ਰੇਮ ਵਸੀ ਗੁਰ ਸਹਿਜ ਸੁਭਾਉ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਜੀਤੋ ਜੀ ਦਾ ਸੁਭਾਅ ਵੇਖਿਆ। ਮਾਤਾ ਜੀ ਤਾਂ ਸੇਵਾ ਦੀ ਮੂਰਤੀ ਬਣ ਗਏ ਜੀ। ਮਾਤਾ ਜੀ ਦੇ ਅੰਦਰ ਬ੍ਰਹਮ ਗਿਆਨ ਟਿਕ ਰਿਹਾ। ਮਾਤਾ ਜੀ ਹਰ ਵਕਤ ਸੇਵਾ ਨਿਮਰਤਾ ਵਾਲਾ ਸੁਭਾਅ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤਾ ਇੱਕ ਦਿਨ ਮਾਤਾ ਜੀਤੋ ਜੀ ਨੂੰ ਜੀਤੋ ਜੀ ਪਰਮੇਸ਼ਵਰ ਜੀ ਤੁਹਾਡੀ ਸੇਵਾ ਤੇ ਖੁਸ਼ ਨੇ ਤੇ ਪਰਮੇਸ਼ਵਰ ਦੀ ਕਿਰਪਾ ਕਰਨਗੇ ਤੁਹਾਡੇ ਗ੍ਰਹਿ ਵਿੱਚ ਹੋਰ ਯੋਧੇ ਪੁੱਤਰ ਦਾ ਜਨਮ ਹੋਏਗਾ ਕਹਿੰਦੇ ਕੇ ਆਖੋ ਸਾਹਿਬਜ਼ਾਦਿਆਂ ਦੀ ਮਾਤਾ ਬਣਨਾ ਪਰ ਕਮਾਈ ਤੇ ਚਾਹੀਦੀ ਹੈ ਜੀ ਕਮਾਈ ਤੇ ਚਾਹੀਦੀ ਸੀ ਕਿ ਨਹੀਂ ਵੇਖੋ ਐਵੇਂ ਨਹੀਂ ਸਾਧ ਸੰਗਤ ਜੀ ਮੈਂ ਦਾਸ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਉਹਨਾਂ ਦਾ ਜੀਵਨ ਸੁਣ ਰਿਹਾ ਤੇ ਬਾਬਾ ਜੀ ਦੇ ਮਾਤਾ ਜੀ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਹੁੰਦੇ ਇਹਦੇ ਪਾਣੀ ਦਾ ਹੀ ਅਭਿਆਸ ਕਰੀ ਜਾਂਦੇ ਹੁੰਦੇ ਫਿਰ ਜਾ ਕੇ ਬਾਬਾ ਜੀ ਦਾ ਅਵਤਰਨ ਹੋਇਆ ਤੇ ਸਾਧ ਸੰਗਤ ਜੀ ਬਾਬਾ ਜੀ ਜਨਮ ਤੋਂ ਹੀ ਸਿੰਘ ਸੰਗ ਜੀ ਜੋ ਮੁੱਖੋਂ ਕਹਿੰਦੇ ਸਨ ਨਾ ਗੱਲ ਬਾਹਰ ਤੋਂ ਕਰਦੇ ਸੀ ਸੱਚ ਪਹਿਲਾਂ ਹੋਈ ਹੁੰਦੀ ਸੀ ਕਿਸੇ ਉਹ ਗੱਲ ਅਭਿਆਸ ਕਮਾਈ ਮਾਤਾ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਏਮ ਸ਼੍ਰੀ ਜੀਤੋ ਕੋ ਲੱਖ ਭਾਉ ਮਾਤਾ ਜੀ ਦਾ ਪਿਆਰ ਸ਼ਰਧਾ ਸਤਿਕਾਰ ਅਵਸਥਾ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਛੇਤੀ ਪਰਮੇਸ਼ਰ ਦੀ ਕਿਰਪਾ ਕਰਨਗੇ ਤੁਹਾਡੇ ਗ੍ਰਹਿ ਵਿਖੇ ਮਾਲਕ ਕਹਿਣ ਲੱਗੇ ਹੋਰ ਯੋਧਾ ਪੁੱਤਰ ਬਖਸ਼ਿਸ਼ ਕਰਨਗੇ ਕਿੰਨੇ ਆਉਣਾ ਭਲਾ ਫਤਿਹਗੜ੍ਹ ਸਾਹਿਬ ਦੇ ਸ਼ਹੀਦ ਸਿੰਘ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ ਆਉਣਾ ਜੀ। ਹਾਂਜੀ ਭਾਈ ਸਗਰਭਾ ਦੂਜੀ ਵਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਉਧਰ ਹੈ ਮਾਏ ਆਏ ਕੀਆ ਨਿਵਾਸ
माता जी दे ग्रह विखे माता जी दी कुख विच धन बाबा जी बाबा जोरावर सिंह साहब जी का निवास होया जी गा के कि जप तप कितनी बंदगी तन जननी चिन्ह जाया तन जननी चिन्ह जाया जपो तन धन जननी चिन्ह जाया जाया का अर्थ है जिन्हें जन्म दिता जी साहबजादियां नूं जन्म देना ते पिछली कमाई ते है ही है ते होण वाले भी बड़े कह जी कहो प्रेम नाल धन माता जी तो जी धन जननी चिन्ह जाया सतगुर सेव सुख पाया सतगुर सेव सुख पाया सतगुरु जी की सेवा की संगत की सेवा की फेरे महान सुख की प्राप्ति हुई साहबजादियां की माता बनन का सुभाग मिलिया जी सतगुर सेव सुख पाया सतगुर सेव सुख पाया बिचों गया गुमान बिचों गया गुमान धन जननी चिन्ह जाया दर से वन संत जन खड़े 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 Bye.
ਸੁਣੀ ਹੈ ਉੱਥੇ ਉਸ ਮਹੀਨੇ ਵਿੱਚ ਬਹੁਤ ਗਰਮੀ ਹੁੰਦੀ ਹੈ ਜੀ ਉਹ ਇਸ ਕਰਕੇ ਦੱਸਦੇ ਵੀ ਵਿਚਾਰ ਕਰਕੇ ਇਹਨਾਂ ਦਿਨਾਂ ਚ ਨਾ ਜੀ ਉਹ ਮਾਤਾ ਜੀ ਦਾ ਤੇ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਵਾਲਾ ਗੁਰੂ ਕਾ ਵਿਵਾਹ ਗੁਰੂ ਕੇ ਲਾਹੌਰ ਵਾਲਾ ਦਿਨ ਮਨਾਉਂਦੇ ਨੇ ਜੀ ਇਹਨਾਂ ਦਿਨਾਂ ਵਿੱਚ ਜੀ ਤੇ ਉਹ ਕੁਦਰਤੀ ਮਾਤਾ ਜੀ ਦੀ ਸਿਫਤ ਦਾ ਮੌਕਾ ਮਿਲ ਗਿਆ ਜੀ ਹਾਂਜੀ ਮਾਤਾ ਜੀ ਤੋਂ ਜੀ ਦੀ ਬਹੁਤ ਬੰਦਗੀ ਤਿੰਨ ਸਾਹਿਬਜ਼ਾਦਿਆਂ ਦਾ ਮਾਤਾ ਜੀ ਦੀ ਕੁੱਖੋਂ ਅਵਤਰਨ ਹੋਇਆ ਜੀ ਤਿੰਨ ਸਾਹਿਬਜ਼ਾਦਿਆਂ ਫਿਰ ਕਹੋ ਧਨ ਜਨਣੀ ਜਿਨ ਜਾਇਆ ਪਰਮੇਸ਼ਰ ਜੀ ਖੁਸ਼ ਹੋਏ ਤੇ ਮਾਤਾ ਜੀ ਦੀ ਕੁੱਖ ਵਿੱਚ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਆ ਕੇ ਸੱਜੇ ਜੀ ਹਾਂਜੀ ਸ਼੍ਰੀ ਜੀਤੋ ਮਨ ਆਨੰਦ ਉਦਾਰ ਧੰਨ ਮਾਤਾ ਜੀ ਮਾਤਾ ਜੀਤੋ ਜੀ ਦੇ ਅੰਦਰ ਸਾਧ ਸੰਗਤ ਜੀ ਆਨੰਦ ਦੀ ਲਹਿਰ ਚੱਲ ਪਈ ਜੀ ਜਗਤ ਨੂੰ ਆਨੰਦ ਦੇਣ ਆਏ ਨੇ ਨਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਹਾਂਜੀ ਜੁਝਾਰ ਸਿੰਘ ਸੁੰਦਰ ਸੋਹੇ ਇੱਕ ਬੰਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਉਹ ਘਰ ਵਿੱਚ ਤੁਰੇ ਫਿਰਦੇ ਬੜੇ ਸੁੰਦਰ ਲੱਗਦੇ ਨੇ ਹਾਂਜੀ ਖੇਲਤ ਵਿਚਰਤ ਪੱਗ ਬੰਨ ਹੋਏ ਪੈਰਾਂ ਤੇ ਬੰਨ ਪਾ ਕੇ ਖੇਡਦੇ ਨੇ ਤੁਰੇ ਫਿਰਦੇ ਨੇ ਘਰ ਵਿੱਚ ਹਾਂਜੀ ਜੇਵਰ ਜੇਬ ਜਵਾਹਰ ਸਰੇ ਦੌੜਤ ਅੰਗਨ ਨਾਨਦਤ ਖਰੇ ਵਿਹੜੇ ਵਿੱਚ ਦੌੜਦੇ ਨੇ ਤੇ ਜਿਹੜੇ ਗਹਿਣੇ ਪਾਏ ਨੇ ਉਹਨਾਂ ਦੀ ਆਵਾਜ਼ ਆਉਂਦੀ ਹੈ ਜੀ ਹਾਂਜੀ ਦੁੱਤੀ ਅਜੀਤ ਸਿੰਘ ਵਿਚਰੰਤੇ ਇੱਕ ਬੰਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਿਚਰ ਰਹੇ ਨੇ ਜੀ ਹਾਂਜੀ ਦਾਸੀ ਦਾਸ ਸਾਥ ਰੱਖਦੇ ਦਾਸ ਦਾਸੀਆਂ ਨਾਲ ਰਹਿੰਦੇ ਨੇ ਇੱਕ ਬੰਨੇ ਬਾਬਾ ਜੁਝਾਰ ਸਿੰਘ ਜੀ ਇੱਕ ਬੰਨੇ ਬਾਬਾ ਅਜੀਤ ਸਿੰਘ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਤੀਜੀ ਮਹਾਨ ਸ਼ਹੀਦੀ ਰੂਹ ਵੀ ਆ ਗਈ ਸਾਧ ਸੰਗਤ ਦੀ ਜਿਹੜੇ ਅਜੇ ਧੰਨ ਮਾਤਾ ਜੀ ਦੀ ਕੁੱਖ ਵਿੱਚ ਹਨ ਜੀ ਕੁੱਖ ਵਿੱਚ ਹਨ ਸੋ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਅਗਲੇ ਦਿਨਾਂ ਵਿੱਚ ਸ਼ਰਮਣ ਕਰਾਂਗੇ ਵੇਖ ਲਓ ਜਿਹੜੇ ਕਮਾਈ ਕਰਦੇ ਕਿੰਨੀਆਂ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਮਿਲ ਰਹੀਆਂ ਕਿੰਨੀਆਂ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਕਿਹਨਾਂ ਨੂੰ ਜਿਹੜੇ ਸ਼ਰਧਾ ਰੱਖਦੇ ਜਿਹੜੇ ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰਦੇ ਉਹਨਾਂ ਨੂੰ ਸੁੱਖ ਮਿਲਦਾ ਜੀ ਮਾਤਾ ਜੀਤੋ ਜੀ ਨੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ ਸੰਗਤ ਦੀ ਬੜੀ ਸੇਵਾ ਕੀਤੀ ਕਈ ਕਈ ਦਿਨ ਗੁਰੂ ਸਾਹਿਬ ਜੀ ਦੇ ਨੇੜੇ ਬਹਿਣ ਦਾ ਮੌਕਾ ਨਹੀਂ ਸੀ ਮਿਲਦਾ ਜੀ ਸੰਗਤ ਇੰਨੀ ਹੁੰਦੀ ਸੀਗੀ ਜੀ ਸਤਿਗੁਰ ਸੇਵ ਸੁਖ ਪਾਇਆ ਸਤਿਗੁਰ ਸੇਵ ਸੁਖ ਪਾਇਆ ਮਾਲਕ ਬਾਣੀ ਚ ਕਹਿੰਦੇ ਨੇ ਜੀ ਜਿਹੜੇ ਸੇਵਦੇ ਨੇ ਉਹ ਸੁਖ ਪ੍ਰਾਪਤ ਕਰਦੇ ਜੀ ਹਾਂਜੀ ਮਾਂ ਵਡਿਆਈਆਂ ਸਭ ਜਿਹਨ ਸੇਵਿਆ ਜਿਹਨ ਪਾਇਆ ਮਾਂ ਜਿਹੜੇ ਸੇਵਾ ਕਰਦੇ ਸੇਵਦੇ ਨੇ ਜਪਦੇ ਨੇ ਉਹਨਾਂ ਨੂੰ ਸਭ ਕੁਝ ਮਿਲਦਾ ਸਤਿਗੁਰ ਸੇਵ ਸੁਖ ਪਾਇਆ ਸਤਿਗੁਰ ਸੇਵ ਸੁਖ ਪਾਇਆ ਸਤਿਗੁਰ ਸੇਵ ਸੁਖ ਪਾਇਆ ਸਤਿਗੁਰ ਸੇਵ ਸੁਖ ਪਾਇਆ ਜਿਉਂ ਗਿਆ ਗੁਮਾਨ
ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਮਾਤਾ ਜੀ ਤੋਂ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਜਿਨ੍ਹਾਂ ਨੂੰ ਆਪਾਂ ਮਾਤਾ ਸਾਹਿਬ ਕੌਰ ਜੀ ਵੀ ਕਹਿੰਦੇ ਹਾਂ, ਸਾਧ ਸੰਗਤ ਜੀ, ਇਹ ਆਮ ਹਸਤੀਆਂ ਨਹੀਂ ਸਨ ਜੀ, ਆਮ ਨਹੀਂ ਸਨ, ਇਹ ਬੜੇ ਖਾਸ ਸਨ, ਪਰਮੇਸ਼ਰ ਦੇ ਘਰੋਂ ਪਹਿਲਾਂ ਹੀ ਬਖਸ਼ੇ ਹੋਏ ਸਨ। ਇਹਨਾਂ ਦੀ ਸੇਵਾ ਵੇਖ ਕੇ ਤੇ ਸਤਿਗੁਰੂ ਜੀ ਜੋਗੀ ਜੀ ਕਹਿਣ ਲੱਗ ਪਏ, ਤੁਸੀਂ ਤੇ ਜੋਗੀ ਹੋ, ਭਾਵ ਜੁੜੇ ਹੋਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਕੱਲ ਦੇ ਜਮਾਨਿਆਂ ਦੇ ਵਿੱਚ ਸਰਵਣ ਕਰਾਂਗੇ। ਸਾਰੀ ਸੰਗਤ ਤੇ ਮਿਹਰ ਕਰਨ, ਇੰਗਲੈਂਡ ਦੀ ਸੰਗਤ ਨੂੰ ਭੇਜਦੀ ਹੈ, ਸੰਗਤ ਚੈਨਲ ਜਿਹੜੇ ਤੋਂ ਆਪ ਦੀ ਕਥਾ ਸੁਣ ਰਹੇ ਹੋ, ਇਹ ਚੜ੍ਹਦੀ ਕਲਾ ਵਿੱਚ ਚੱਲਦਾ ਰਹੇ। ਮਹਾਰਾਜ ਇਹਨਾਂ ਗੁਰਮੁਖਾਂ ਪਿਆਰਿਆਂ ਕੋਲੋਂ ਸੇਵਾ ਦਿੰਦੇ ਰਹਿਣ, ਇਸ ਕਰਕੇ ਆਪ ਜੀ ਜ਼ਰੂਰ ਸਹਿਯੋਗ ਦਿਓ, ਅਰਦਾਸ ਵੀ ਕਰੋ ਤੇ ਨਾਲ ਨਾਲ ਦਸਵੰਧ ਜਿਹੜਾ ਹੈ ਉਹ ਵੀ ਸੰਗਤ ਚੈਨਲ ਨੂੰ ਦੇਣ ਦੀ ਕਿਰਪਾਲਤਾ ਕਰੇ ਸੰਗਤ, ਤਾਂ ਕਿ ਇਹ ਪ੍ਰੋਗਰਾਮ ਕਥਾ ਕੀਰਤਨ ਸਤਸੰਗ ਸਤਿਗੁਰੂ ਜੀ ਦੇ ਬਚਨ ਇਹ ਪ੍ਰੇਮ ਨਾਲ ਆਪ ਜੀ ਦੇ ਘਰਾਂ ਵਿੱਚ ਬੈਠੇ ਆਪ ਜੀ ਨੂੰ ਪਹੁੰਚਾਈ ਜਾਣ। ਆਉਂਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਸਾਰੀ ਸੰਗਤ, ਸਭ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।